ਖਾਲਿਕ ਅਕਬਰ ਦਾ ਨਾਮ ਬਹੁਤ ਬੁਲੰਦ ਹੈ, ਜਿਤਨਾ ਅੱਲਾ ਬੁਲੰਦ ਹੈ। ਕੋਸ਼ਿਸ਼ ਕਰੋ ਉਤਨੀ ਬੁਲੰਦ ਆਵਾਜ਼ ਨਾਲ ਨਾਰਾਏ ਤਕਬੀਰ। ਮਜਮਾ ਕਾਫੀ ਅੱਜਾ ਵੀ ਸਾਰਿਆਂ ਬੰਦਿਆਂ ਨਹੀਂ ਆਖਿਆ ਭਾਈ, ਸਭ ਬਾਵਾ ਜੇ ਬੁਲੰਦ ਕਹੇ ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਰਿਸਾਲਤ, ਨਾਰਾਏ ਹੈਦਰੀ। ਇੰਜ ਨਹੀਂ ਹਲਾਲੀ ਮੋਹਾਲੀ ਮਿਲ ਕੇ ਗਿਲੇ ਤੇ ਪਿਛਲੇ ਬਾਜ਼ੂ ਬੁਲੰਦ ਕਰ ਗਿਆ ਸਮਾਨੀ ਨਾਰਾ ਹੈਦਰੀ। ਹੁਸੈਨੀਅਤ, ਹੁਸੈਨੀਅਤ, ਯਜ਼ੀਦੀਅਤ, ਯਜ਼ੀਦੀਅਤ, ਅਹਿਲ ਬੈਤ ਦੁਸ਼ਮਣਾਂ ਤੇ ਲਾਨਤ, ਅਹਿਲ ਬੈਤ ਦੁਸ਼ਮਣਾਂ ਤੇ ਲਾਨਤ, ਬਾਵਾ ਜ਼ੇ ਬੁਲੰਦ ਸਲਵਾਤ ਸਲੇ ਅਲਾ ਮੁਹੰਮਦ ਨਵਾਲੇ। ਸਲਵਾਤ ਦਾ ਪੜ੍ਹਨਾ ਬਹੁ ਅਜ਼ੀਮ ਇਬਾਦਤ ਹੈ। ਕੋਈ ਗੱਲ ਨਹੀਂ, ਸਮਝਾ ਦੇਣਾ, ਸਮਝਾ ਦੇਣਾ। ਚਲੋ ਜੀ, ਠੀਕ ਹੈ ਜੀ। ਇੱਕ ਸਲਵਾਤ ਬਾਵਾ ਦੇ ਬੁਲੰਦ ਪੜੋ ਜੀ, ਸਲੇ ਅਲਾ ਮੁਹੰਮਦ ਵਾਲੇ ਮੁਹੰਮਦ। ਉਹਨਾਂ ਦੀ ਤਰਫੋਂ ਐਲਾਨ ਹੈ, ਅਗਰ ਕਿਸੇ ਮੁਮਨ ਨੂੰ ਕੋਈ ਪਰੇਸ਼ਾਨੀ ਹੋਵੇ ਤਾਂ ਸਾਡੇ ਨਾਲ ਰਾਬਤਾ ਕਰ ਸਕਦਾ ਹੈ। ਅਤੇ ਅਗਲੀ ਗੱਲ ਤੁਸੀਂ ਸੁਣ ਲਈ, ਮੈਂ ਨਹੀਂ ਸੀ ਕਰਨੀ। ਇੱਕ ਸਲਵਾਤ ਬਾਵਾ ਦੇ ਬੁਲੰਦ ਪੜੋ ਜੀ। ਆ ਯਾਰ ਤੂੰ ਹੌਲੀ ਪੜ ਭਾਅ ਜੀ, ਇੱਕ ਇੱਕ ਤਾਂ ਮੈਂ ਥੋੜ੍ਹਾ ਜਿਹਾ ਬੱਚਿਆਂ ਤੋਂ ਥੋੜ੍ਹਾ ਜਿਹਾ ਅੱਗੇ ਨਹੀਂ ਹੋ ਸਕਦੇ, ਥੋੜ੍ਹਾ ਜਿਹਾ ਮਾਹੌਲ ਬਣਦਾ, ਇੱਦਾਂ ਮਾਹੌਲ ਨਹੀਂ ਬਣਨਾ, ਨਾਰਾਜ਼ ਨਹੀਂ ਹੋਣਾ। ਆ ਜਾਓ ਬਿਸਮਾ, ਮਿਹਰਬਾਨੀ, ਤਕਲੀਫ ਦੀ ਮਾਜ਼ਰਤ। ਆ ਬੱਚਿਆਂ ਨੂੰ ਥੋੜ੍ਹਾ ਥੋੜ੍ਹਾ ਜਿਹਾ ਸਾਈਡ 'ਤੇ ਕਰਕੇ ਆ ਜਾਓ ਭਾਈ ਜਾਨ, ਤੁਸੀਂ ਵੀ ਬਾਈ ਆਪ ਥੋੜ੍ਹਾ ਸਾ ਕਰੀਬ ਹੋ ਜਾਓ, ਮਿਹਰਬਾਨੀ। ਸਲਵਾਤ ਦਾ ਪੜ੍ਹਨਾ ਬਹੁ ਅਜ਼ੀਮ ਇਬਾਦਤ ਹੈ, ਜਿਤਨਾ ਜ਼ਿਹਨਾਂ ਚਲੀ ਬੁਲੰਦ ਹੈ। ਇੱਕੋ ਹੀ ਸਲਵਾਤ ਪੜ੍ਹੋ ਅਤੇ ਬਾਵਾ ਜ਼ੇ ਬੁਲੰਦ ਪੜ੍ਹੋ ਜੀ, ਮੁਹੰਮਦ। ਸੱਤ ਨਵੰਬਰ ਸ਼ਾਹਪੁਰ ਕਾਂਜਰਾ ਮੁਲਤਾਨ ਰੋਡ 'ਤੇ ਸ਼ਮਸੀ ਬਰਾਦਰਾਨ ਦੇ ਕੋਲ ਬਸ ਸਿਲਸਿਲਾ ਸ਼ਹਾਦਤ ਇਮਾਮੇ ਹਸਨ ਅਲੈਹੀ ਸਲਾਤ ਵਸਲਾਮ, ਇਨਸ਼ਾਲਾ 12 ਵਜੇ ਮਜਲਿਸ ਸ਼ੁਰੂ ਹੋਏਗੀ ਅਤੇ ਸ਼ਾਮ ਤੀਕਰ ਜਾਏਗੀ। ਇਨਸ਼ਾਲਾ ਮੈਂ ਹਕੀਰ ਦੀ ਵੀ ਹਾਜ਼ਰੀ ਹੋਏਗੀ, ਔਰ 5 ਰਜਬ ਇਨਸ਼ਾਲਾ ਨਿਆਜ਼ ਬੇਗ ਆਉਂਦੇ ਸਾਲ ਵਾਧਾ ਵਫਾ ਹੋਏਗਾ, ਹੋਰ ਵੀ ਜਿਤਨੀਆਂ ਡਿਊਟੀਆਂ ਨੂੰ ਵਾਧਾ ਵਫਾ ਹੋਏਗਾ। ਲੈਣ ਜਾਣੇ ਤਾਂ ਹੁਸੈਨ ਜਾਣੇ, ਥੋੜ੍ਹਾ ਜਿਹਾ ਸਬਕ ਸੁਣਾ ਲਈਏ ਜੇ ਤੁਹਾਡਾ ਮੂਡ ਸੁਣਨ 'ਤੇ ਹੈ। ਹਾਲਾਂਕਿ ਕਿਬਲਾ ਸਮੰਦਵਾਨਾ ਸਾਹਿਬ ਮੌਲਾ ਉਹਨਾਂ ਦੀ ਜ਼ਿੰਦਗੀ ਦਰਾਜ਼ ਫਰਮਾਵੇ, ਸਾਡੇ ਵਰਗੇ ਸੁਣ ਸੁਣ ਕੇ ਜ਼ਾਕਰ ਬਣੇ ਨੇ ਉਹਨਾਂ ਨੂੰ, ਲੇਕਿਨ ਤੁਸੀਂ ਪਤਾ ਨਹੀਂ ਅੱਜ ਮਿਜ਼ਾਜ ਕਿਆ ਸੀ ਅਤੇ ਉਹਨਾਂ ਨੇ ਪੜ੍ਹਨਾ ਬੜਾ ਕੁਝ ਹੋਰ ਆਈ, ਲੇਕਿਨ ਤੁਸੀਂ ਰਿਸਪੋਂਸ ਹੀ ਨਹੀਂ ਦਿੱਤਾ ਇਤਨਾ, ਅਤੇ ਲਿਆਦਾ ਇਸ ਵਜ੍ਹਾ ਤੋਂ ਮੈਂਬਰ ਜਲਦੀ ਛੱਡ ਗਿਆ। ਕੁਝ ਜ਼ਾਕਰ ਅੱਗੇ ਬੜੇ ਥੱਕੇ ਨੇ ਅਤੇ ਜੇ ਮੋਮਨ ਵੀ ਅੱਗੋਂ ਬਾਈ ਜਾਨ ਪੂਰਾ ਰਿਸਪੋਂਸ ਨਾ ਦੇਵਣ ਤਾਂ ਫਿਰ ਛੱਡਣਾ ਹੀ ਹੁੰਦਾ ਹੈ। ਜਿਤਨਾ ਤੁਸੀਂ ਸੁਣਨਾ ਹੈ ਮੈਂ ਉਤਨਾ ਹੀ ਪੜ੍ਹਨਾ ਹੈ ਬਾਈ ਜਾਨ, ਜਿਤਨੀ ਤੁਹਾਡੇ 'ਚ ਤਾਕਤ ਹੋਈ, ਜਿੱਥੇ ਤੁਸੀਂ ਆਖਿਆ ਕੱਲਾ ਬਾਈ ਬਸ ਮੈਂ ਉੱਥੇ ਬਸ ਕਰ ਦੇਗਾ। ਨਕੀਬੇ ਮੈਂਬਰ ਸਾਹਿਬ ਜ਼ਿੰਦਗੀ ਦੇ ਰਾਜ਼ ਹੋਵੇ, ਜਿਤਨੇ ਤਸ਼ਰੀਫ ਫਰਮਾਇਨ, ਚੇਲਮ ਦੀਆਂ ਮਜਲਸਾਂ ਗੁਜ਼ਰੀਆਂ, 20 ਚੇਲਮ ਕਿਬਲਾ, ਨਿਊਜ਼ 'ਤੇ ਖਬਰ ਆਈ 6 ਕਰੋੜ ਜਾਂ 7 ਕਰੋੜ ਬੰਦਾ ਇਮਾਮ ਹੁਸੈਨ ਦੀ ਜ਼ਰੀ 'ਤੇ ਬਾਈ ਜਾਨ, 6 ਕਰੋੜ ਜਾਂ 7 ਕਰੋੜ ਬੰਦਾ ਇਮਾਮ ਹੁਸੈਨ ਅਲੈਹੀ ਸਲਾਤੁ ਵਸਲਾਮ ਦੇ ਜ਼ਰੀ 'ਤੇ, ਜਿਹੜਾ ਇਮਾਮ ਹੁਸੈਨ ਦੀ ਸਲਾਮੀ ਵਾਸਤੇ ਗਿਆ ਅਤੇ ਉਹਨਾਂ ਕਿਹੜਾ ਸਲੂਕ ਕੀਤਾ, ਨਜਫ ਤੋਂ ਲੈ ਕੇ ਕਰਬਲਾ ਤੱਕ ਜਗ੍ਹਾ ਜਗ੍ਹਾ 'ਤੇ ਟੈਂਟ ਲਾਏ, ਜਗ੍ਹਾ ਜਗ੍ਹਾ 'ਤੇ ਸਬੀਲਾਂ ਲਾਈਆਂ, ਇੱਕ ਦੂਜੇ ਦੀਆਂ ਮਿੰਨਤਾਂ ਕਰਕੇ ਆਦੇ ਨੇ ਇੱਕ ਲੁਕਮਾਂ ਲਾ ਲਿਆ। ਹਾਏ 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 ਹਾਏ, ਐ ਮਿਆਰੀ ਜ਼ਵਾਰੇ ਹੁਸੈਨ ਦਾ ਤੇਰੀ ਜ਼ਿੰਦਗੀ ਹੱਥ ਉੱਚੇ ਹੈਦਰੀ, ਸੁਭਾਨ ਅੱਲਾ, ਐ ਮਿਆਰੀ ਇੱਕ ਲੁਕਮਾਂ ਲਾ ਲੈ, ਇੱਕ ਥੋੜ੍ਹੀ ਜਿਹੀ ਸਬੀਲ ਕਰ ਲੈ, ਫਿਰ ਆਂਦੇ ਨੇ ਯਾਰ ਤੇਰੀ ਮਿਹਰਬਾਨੀ, ਤੂੰ ਥੋੜ੍ਹਾ ਜਿਹਾ ਬਹਿ ਜਾ, ਮੈਂ ਤੇਰੇ ਪੈਰ ਦਬਾਵਾਂ। ਚਾਚਾ ਜੀ ਬੜੀ ਮਿਹਰਬਾਨੀ, ਅੱਲਾ ਰਿਸ਼ਾ ਦੇ ਰੰਗ ਲਾਵੇ, ਐਸੀਆਂ ਗੱਲਾਂ 'ਤੇ ਕੌਣ ਬੋਲੇ, ਬਹਿ ਜਾ ਮੈਂ ਤੇਰੇ ਥੋੜ੍ਹੇ ਜਿਹੇ ਪੈਰ ਦਬਾਵਾਂ। ਯਾਨੀ ਕਿ ਜਿਹੜਾ ਇਮਾਮ ਹੁਸੈਨ ਬਾਦਸ਼ਾਹ ਦੀ ਜ਼ਰੀ 'ਤੇ ਜਾਵੇ, ਇਤਨੀ ਇੱਜ਼ਤ ਹੋਵੇ, ਇਤਨੀ ਕਦਰ ਹੋਵੇ। ਪਿਛਲੇ ਸਾਲ ਨਿਊਜ਼ ਆਈ, ਤਕਰੀਬਨ 35 ਲੱਖ ਜਾਂ 40 ਲੱਖ ਬੰਦਾ ਹੱਜ 'ਤੇ ਆਈ ਅਤੇ ਕਈਆਂ ਮੁਸਲਮਾਨਾਂ ਦੀ ਬੇਹੁਰਮਤੀ ਹੋਈ ਅਤੇ ਚਾਚਾ ਜੀ ਕਈ ਮੁਸਲਮਾਨ ਮਾਰੇ ਗਏ। ਮੈਨੂੰ ਤੇਰੀ ਇੱਜ਼ਤ ਦੀ ਕਸਮ ਹੈ, 6 ਕਰੋੜ ਜਾਂ 7 ਕਰੋੜ ਬੰਦਾ ਆਪਣੇ ਹੱਥ ਨੇ ਹੱਥ 'ਚ ਤਲਵਾਰ ਚਾਈ ਖਲਾਏ, ਆਪਣੇ ਹੱਥ ਨਾਲ ਸਿਰ 'ਚ ਤਲਵਾਰ ਮਾਰਦੇ, ਮਰਦਾ ਵੀ ਕੋਈ ਨਹੀਂ। ਹਾਏ 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 ਹਾਏ, ਵੇਖਣਾ ਕਿਤਨਾ ਕਰੀਮ ਹੈ ਹੁਸੈਨ, ਹੱਥ ਚਾਹੀਏ ਤੇ ਖੈਰਾਤ ਮਿਲਦੀ ਹੈ। ਹੈਦਰੀ, ਹੁਣ ਦਾ ਵੀ ਕੁਝ ਨਹੀਂ,
چاچا مولا دی قسمے میں قبر تک تیرے تے راضی ہو گیا. جڑے نہیں بولے اللہ انہاں نوں بولن دی توفیق دے وے. بھائی جان اپنے ہاتھ نال ضرب مار دین ہوندا وی کچھ نہیں تے لبیک یا حسین لبیک یا حسین. بھائی جان جدوں میں بھائی جان زیارت تے گیا تہاڈے نال وعدہ سی وعدہ وفا ہو گیا. راضی دیو میں جا کے دو ترا ڈیوٹیاں دینیاں نہیں چہرے دا دیدار ہو گیا. مولا دی قسمے جدوں میں زواریاں تے گیا نا چاچا جی ایک مومنہ مائی سی جڑی چہرے تے گئی آ جڑی ریڑھ نال ہی نہیں ہوندی پھڑ کے قرآن دی قسمے میرا ممبر تے ہاتھ مینوں نہیں پتہ داد کس دینی ہے تے سر کس لمنا ہے. اے میرا ممبر تے ہاتھ گئی چیر تھی آئی آئی اپنے پیراں تے ہائے 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 ہائے. اے نیاز وے گئے جڑا لفظا دی قدر کردا ہے سبحان اللہ. ہاتھ چے حیدری گئی چیر تھی آئی یا علی یا علی یا علی حیدری حیدری. سارے بھائی بہت مہربانی سر گئی چیر تھی آئی اپنے پیراں تے. حسین او کریم بیماراں نوں شفا دیندا ہے بے اولاداں نوں اولاد دیندا ہے بے روزگاراں نوں رزق دیندا ہے. تے پھر مینوں اکھ نہ پے گیا نیاز بے گالیا مخروز کیوں نہ ہوئی زمانہ حسین کا. او بولے جڑا مخروز ہے سر ہلاو نال گل جچنی نہیں مولا دی قسم ہے سر ہلاو نال تے گل پھبدی کوئی نہیں مخروز کیوں نہ ہوئی زمانہ حسین کا. بھائی جان تسی میرے بھائیو اقبال بھائی اگلی صدر تے بندہ ویکھی جڑا سر ہلاوے اگلی صدر تے قبلہ پنج تن پاک دے من نال پنج بندے بولن. مولا دی قسم ہے میرا مقصد پورا میری ڈیوٹی پوری میری حاضری پوری. اللہ جانے کیڑے پنج بندے جڑے پاکاں دی طرف چنے ہوئے تے تائید کرنے نے غازی دا نوکر سر چاوے مخروز کیوں نہ ہوئی زمانہ حسین کا جبکہ خود خدا ہوا ہے دیوانہ حسین کا. ہائے 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 اے ہاتھ کسے کمینے دے محتاج نہ ہون. ہاتھ اچے حیدری یا علی علیہ الصلوۃ والسلام علی تیری زندگی دراز ہوئے یا علی سبحان اللہ. مکروز کیوں نہ ہو یہ زمانہ حسین کا جبکہ خود خدا ہوا ہے دیوانہ حسین کا. میں ویندا پیا میرے چاچیاں بھی داد دیتی میرے بابیاں بھی داد دیتی بزرگاں بھی دیتی تے بھائیاں بھی دیتی. چلو میں ایک سطر ہور پڑھنا اللہ جانے سارے بندے میرے نال بول پون. کہیں نہ دی کی مدی جوان ہاتھ کھول مکروز کیوں نہ ہو یہ زمانہ حسین کا جبکہ خود خدا ہوا ہے دیوانہ حسین کا. ارے تیرے وجود پہ لعنت ہے ملا اس لیے دل میں یزید پیٹ میں کھانا حسین کا. ہن ہاتھ حسینی دا وے بلند ہوے علی لال کلندر ہائے 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 جنگے دراز ہونی مولا عرشاں دے رنگ لاوے جی قبلہ بہت مہربانی تہاڈا بھلا ہوئے تسی مینوں ربائی تے انعام دیتا اللہ جنے کی دراز فرماوے میرے کلے دا ہے سوزی نال کوئی نہیں ہلے ہاتھ کھولو یار مجلس ہے بھائی جان ذکر علی چ بولنا چاہیے ایتھے بولیے تو رزق ملتا اولاد ملتی ہے بخت ملتی ہے خدا دی قسم ایتھے بولیے تو سب کچھ ملتا ہے. اے جڑا ہاتھ ہے جو بلند ہوتا ہے نا جانتا خالی ہوں بھر کے ایوی بندے آتے رہتے یار میرے کو کچھ بھی نہیں میرے کو کچھ بھی نہیں ایتھے نیت نہ بول جتنی واری ہاتھ بلند کرے گا میں کل ببا سلی گارنٹی نال پی آخنا حسین کسی کا محتاج نہیں رہن دے گا. جڑا ہاتھ عظمت حسین جو بلند ہوئے گا اکر بھائی ہور پڑھ لواں چل جڑا بندہ اجے تک نہیں بول سکیا آدھے نے پتہ نہیں انہوں کیڑی بیماری ہے مجلساں تو نہیں مڑتے مجلساں چ ملتا کی ہے فائدہ کی ہوندا ہے. اکھاں جی جملہ نیاز بیگ دے معیار دا جملہ اکھ لگا خدا دی قسم جڑا بندہ نہ بولے میں سمجھ لاہور دا بندہ ہے ہی کوئی نہیں کتے ہور پاسے تو آیا ہو سی. مجلساں چ ملتا کی ہے فائدہ کی ہوندا ہے شاہ جی ذکر شبیر میں رونے سے بقا ملتی ہے. ہائے 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 جڑا بندہ لفظ بقا دا سمجھ جی بسم اللہ کرا سر نہیں علامنا ذکر شبیر میں رونے سے بقا ملتی ہے. چاچا جی اگلا جملہ تھوڑی نظر کر دینا ایتھے آ کے ملدا کی ہے ذکر شبیر میں رونے سے بقا ملتی ہے در پہ عباس کے جانے سے وفا ملتی ہے. ہائے 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 ہاتھ اچے حیدری ذکر شبیر میں رونے سے بقا ملتی ہے در پی عباس کے جانے سے وفا ملتی ہے. پتہ نہیں کی گل ہے پتر باہ ٹر جاوے تے پہلی تنہا دی مجلس پتر چنگی نوکری لگ جاوے ماواں پینا علم تھلے بہ جاندیاں جیڑی پہلی تنہا ہونی ہے نا ایدی مجلس کرونی ہے. یار بولو انج نہیں گل ایویں گل جی پہلی تنہا دی مجلس پتر باہ ٹر جاوے تے مجلس انہاں نوں پتہ نہیں کیڑی بیماری ہے پرچے بھی ہوندے نے تے مجلساں تو نہیں مڑدے پریشان نہیں ہونا ایک میرے تو بھی ہویا ہے
ਕੋਈ ਮੈਂ ਚੋਰੀ ਨਹੀਂ ਕੀਤੀ, ਮਜਲਸ ਦਾ ਹੀ ਹੋਇਆ। ਚਾਚਾ ਜੀ ਮਜਲਿਸ ਕਰਵਾਈ ਅਤੇ ਸ਼ਾਦੀ ਪੀਰ ਨਵਾਜ਼ ਸ਼ਾਹ ਜੀ ਅਗਲੇ ਦਿਨ ਪਰਚੇ ਦਾ ਲੈਟਰ ਆ ਗਿਆ। ਨਕੀਬੇ ਮੈਂਬਰ ਸਾਹਿਬ ਮੈਂ ਲੈਟਰ ਪੜ੍ਹਾਂ ਪਿਆ ਅਤੇ ਖੁਸ਼ ਵੀ ਬੜਾ ਹਾਂ। ਸੋਦੀਆਂ ਆਖਿਆ ਅਲਵੀ ਸਾਹਿਬ ਪਰਚਾ ਹੋ ਗਿਆ ਅਤੇ ਖੁਸ਼ ਹੁੰਦੇ ਹੋ, ਔਰ ਮੈਂ ਕਿਹਾ ਚੁੱਪ ਕਰ ਅਗਲੇ ਪਰਚੇ ਤੋਂ ਬਚ ਗਏ ਹਾਂ। ਲੋਕ ਪੈਸੇ ਦੇ ਕੇ ਪਰੇਸ਼ਾਨ ਹੁੰਦੇ ਨੇ, ਇਹ ਸਾਰਾ ਦਿਨ ਪੈਸੇ ਵੰਡ ਕੇ ਮੁਤਮਿਨ ਹੁੰਦੀ ਹੈ, ਇਹ ਪੈਸੇ ਦੇ ਦੇ ਕੇ ਮੁਤਮਿਨ ਹੁੰਦੀ। ਇੱਕ ਗੱਲ ਹੋਰ ਕਰਾਂ, ਸ਼ਾਦੀ ਹੈ ਤੁਸੀਂ ਮਜਲਿਸ ਕਰਵਾਈ, ਚਾਚੂ ਜੀ ਮਜਲਿਸ ਕਰਵਾਈਏ ਨਾ, ਮੈਂ ਆਪ ਮਜਲਿਸ ਕਰਵਾਉਣਾ। ਪੀਰ ਨਵਾਜ਼ ਸ਼ਾਹ ਜੀ ਤੁਸੀਂ ਵੀ ਮਜਲਿਸ ਕਰਵਾਉਂਦੇ, ਜਿਹੜੇ ਬਾਨੀ ਉਹ ਜ਼ਰੂਰ ਤਾਈਦ ਕਰੇਗਾ। ਇਹ ਮਜਲਿਸ ਮੁੱਕਣੀ ਹੈ ਨਾ, ਮੌਲਾ ਦੀ ਕਸਮ ਮੈਂ ਲਿਖ ਦਿੰਦਾ, ਇਹਨਾਂ ਸਾਰਿਆਂ ਭਿਰਾਵਾਂ ਇਕੱਠੀਆਂ ਹੋ ਕੇ ਬਹਿ ਜਾਣਾ ਹੈ ਅਤੇ ਇਹਨਾਂ ਗੱਲਾਂ ਪਤਾ ਕੀ ਕਰਨੀਆਂ। ਇਹ ਸਾਲ ਲੰਗਰ ਚਾਹ ਨਹੀਂ ਸੀ, ਅਗਲੇ ਸਾਲ ਇਹ ਵੀ ਦੇਣਾ ਹੈ। ਹੁਸੈਨੀ ਨਾ ਬੋਲਿਆ, ਮੈਨੂੰ ਕਬਰ ਦੀਆਂ ਕੰਧਾਂ ਤੱਕ ਰਮਾ ਲੱਗ ਜਾਣਾ ਹੈ ਕਿ ਇਸ ਹੁਸੈਨ ਨੂੰ ਮਿਲਦਾ ਕੀ ਹੈ, ਹੁਸੈਨੀ ਨੂੰ ਇੱਥੇ ਕਿਉਂ ਆਉਂਦਾ ਹੈ। ਜ਼ਿਕਰੇ ਸ਼ਬੀਰ ਮੈਂ ਰੋਣੇ ਸੇ ਬਕਾ ਮਿਲਤੀ ਹੈ, ਤਰਫੀ ਅਪਾਸ ਕੇ ਜਾਣੇ ਸੇ ਵਫਾ ਮਿਲਤੀ ਹੈ। ਚਾਚਾ ਜੀ ਚਲਾ ਆਏ ਜੋ ਸ਼ਰਮਿੰਦਾ ਹੋ ਕੇ ਹੋਰ ਕੀ ਤਰ੍ਹਾਂ, ਐਸੇ ਇਨਸਾਨ ਕੋ ਜ਼ਹਰਾ ਕੀ ਦੁਆ ਮਿਲਤੀ ਹੈ। ਹਾਏ 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 ਹਾਏ, ਇੰਜ ਨਹੀਂ ਜਿਹਦੇ ਨਾਲ ਬੀਬੀ ਦੀ ਦੁਆ ਏ, ਦੋਵੇਂ ਹੱਥ ਉਠਾਵੇ ਤੇ ਬੋਲੇ ਹੈਦਰ 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 ਮੌਲਾ ਅਰਸ਼ਦ ਰੰਗਲਾ ਭਾਈ ਜਾਨ ਆਪ ਜ਼ਿੰਦਾਬਾਦ, ਸਖੀ ਹੁਸੈਨ ਕਿਸੇ ਕਮੀਨੇ ਦਾ ਮੁਤਾਜ ਨਾ। ਆਓ ਜੀ ਮੈਂ ਕਹਿੰਦਾ ਆਓ ਜੀ, ਬਿਸਮਿਲ੍ਲਾ ਮਜਮਾ ਜਗਾਓ। ਹਾਂ ਹਾਂ ਬੇਸ਼ੱਕ, ਬੇਸ਼ੱਕ। ਹਾਂ ਬੇਟਾ ਬੈਠ ਜਾਓ। ਹੈਲੋ ਬਹੁਤ ਮਿਹਰਬਾਨੀ ਸਾਰੇ ਭਾਈ, ਪੂਰੀ ਤਾਕਤ ਨਾਲ ਭਾਈ ਅਲੀ ਅਲੀ, ਬਹਿਣਾ ਨਹੀਂ ਭਾਈ ਜਾਨ, ਬਹਿਣਾ ਨਹੀਂ, ਇੱਕ ਵਾਰੀ ਖਲੋਇਓ, ਇੱਕ ਵਾਰੀ ਖਲੋਇਓ। ਜਿੱਡਾ ਵੱਡਾ ਨਾਰਾ ਲਵਾਇਆ, ਕੁਝ ਬੰਦੇ ਬਚ ਗਏ ਜਿਹਨਾਂ ਹੱਥ ਨਹੀਂ ਚਾਇਆ, ਸਾਨੂੰ ਉਠਾਓ। ਇੱਕ ਦੁਬਾਈ ਪੜ ਦੇਣਾ, ਸ਼ਾਜੀ ਹਦੋਂ ਮੈਂ ਜੋ ਨਾ ਹੋ ਵੋ ਜ਼ਬਾਂ ਅੱਛੀ ਨਹੀਂ ਹੋਤੀ, ਪਿਆ ਕੁਛ ਵੀ ਹੋ ਤਸੀਰੇ ਪਿਆ ਅੱਛੀ ਨਹੀਂ ਹੋਤੀ। ਨਿਆਜ਼ ਬੇਗਾਲਿਆ ਅਬੂ ਤਾਲਬ ਕੇ ਬੱਚੇ ਸੇ ਜੋ ਬੱਚਾ ਹੈ ਜਲਤਾ, ਨਬੀ ਕਹਤੇ ਹੈ ਉਸ ਬੱਚੇ ਕੀ ਮਾਂ ਅੱਛੀ ਨਹੀਂ। ਹਾਏ ਹਾਏ ਹਾਏ, ਸਾਰੇ ਬੋਲੋ ਹੈ ਕਹਿੰਦੇ ਚਾਚੂ ਜੀ ਤੁਸੀਂ ਜ਼ਿੰਦਾਬਾਦ, ਮੌਲਾ ਅਰਸ਼ਾਂ ਦੇ ਰੰਗ ਲਾਵੇ। ਕਿਆ ਕਹਿੰਦੇ, ਕੌਣ ਆਂਦਾ ਮੰਜਮਾ ਥੱਕਾ ਹੋਇਆ ਭਾਈ, ਤੁਹਾਡਾ ਮਿਜ਼ਾਜ ਹੀ ਬਹੁਤ ਬੁਲੰਦ ਹੈ। ਕਰੀਏ ਜੀ ਕਸੀਦਾ ਸ਼ੁਰੂ ਇੱਕ ਜੀ, ਆਓ ਮੇਰੇ ਸਹਾਬੀਓ ਕਸੀਦਾ ਪੜ੍ਹ ਲਈਏ। ਇਹ ਸਹਾਬੀ ਨੇ, ਸਹਾਬੀ ਨੇ, ਸਮਝ ਗਏ। ਕਸੀਦਾ ਪੜ੍ਹ ਲਈਏ ਜੀ ਇੱਕ, ਮੇਰੇ ਦਿਲ ਵਿੱਚ ਇੰਜ ਮਲੰਗਾਂ ਦਾ ਮੰਜਮਾ ਹੈ, ਮੈਂ ਇੰਜ ਹੀ ਮਲੰਗਾਂ ਨਾਲ ਕਸੀਦਾ ਪੜ੍ਹਾਂ। ਸ਼ਾਹ ਜੀ ਇੱਕ ਗੱਲ ਸੁਣ ਲਓ, ਰਾਜ਼ੀ ਹੋ ਜੀ? ਠੀਕ ਹੈ, ਮੈਂ ਦਾਤ ਤਾਂ ਮੈਂ ਜਿਹੜੀ ਲੈਣੀ ਸੀ ਮੈਂ ਲੈ ਲਈ ਹੈ, ਇਹ ਉੱਤੋਂ ਤਾਂ ਹੁਣ ਮੈਂ ਐਕਸਟਰਾ ਪੜ੍ਹਨਾ ਹੈ ਅਤੇ ਇਹਦੀ ਨਿਆਜ਼ ਵੱਖਰੀ ਹੋਣੀ ਹੈ। ਹਾਂ ਅੱਛਾ ਜੀ, ਇਮਾਮ ਹੁਸੈਨ ਦਾ ਸਦਕਾ, ਪੁੱਤਰਾਂ ਨਾਲ ਆਬਾਦ ਰਹੋ। ਸਖੀ ਹੁਸੈਨ ਕਰੀਮ ਹੀ ਬੜਾ ਹੈ, ਮੌਲਾ ਦੀ ਕਸਮ ਹੈ, ਮੇਰਾ ਮੈਂਬਰ ਤਾਂ ਹੱਥ ਨਕੀਬੇ ਨੇ, ਮੈਂਬਰ ਸਾਹਿਬ ਝੂਠ ਨਹੀਂ, ਮੇਰੀ ਇਤਨੀ ਅਜ਼ੀਅਤ ਨਹੀਂ ਜਿਤਨੀ, ਇਤਨੀ ਔਕਾਤ ਨਹੀਂ ਜਿਤਨਾ ਉਹਨਾਂ ਨਵਾਜ਼ਿਆ ਹੈ। ਕੁਰਾਨ ਦੀ ਕਸਮ ਹੈ, ਮੇਰੀ ਜ਼ਾਤੀ ਕੋਈ ਔਕਾਤ ਹੈ ਹੀ ਨਹੀਂ। ਮੈਂ ਕਿਹਾ ਹਾਂ ਕੱਲ ਬਾਬਾ ਸਲਵੀ, ਸਿਰਫ ਭੈਣ ਬੇਰਾ ਦੀ ਲੱਜ ਪਾਲੀ ਹੈ, ਉਹਨਾਂ ਦੀ ਕਰੀਮੀ ਹੈ। ਮੈਂ ਬੰਦਿਆਂ ਦਾ ਮੁਹਤਾਜ ਨਹੀਂ, ਪਾਕਾਂ ਦਾ ਮੁਹਤਾਜ ਹਾਂ। ਅੱਲਾ ਤੁਹਾਨੂੰ ਅਰਸ਼ਾਂ ਦੇ ਰੰਗ ਲਾਵੇ। ਇੱਕ ਸਿੱਧਾ ਪੜ੍ਹੀਏ ਜੀ ਮਲੰਗਾਂ ਵਾਲਾ। ਇੱਕ ਮਲੰਗ ਗੁਜ਼ਰਿਆ ਸੀ ਕਾਲੇ ਕੱਪੜਿਆਂ ਵਾਲਾ, ਮਲੰਗ ਗੁਜ਼ਰਿਆ ਸੀ, ਦੋ ਬੰਦੇ ਬੈਠੇ ਸਨ ਆਪਸ 'ਚ ਟਿਚਕਰ ਮਾਰ ਕੇ, ਕਹਿੰਦੇ ਨਾ ਵੇਖੀ ਨਾ ਮੋਮਨ ਜਾ ਰਿਹਾ। ਯਾਰ ਤੁਸੀਂ ਥੋੜ੍ਹਾ ਥੋੜ੍ਹਾ ਜਵਾਨ ਬਾਈ, ਜ਼ਬਾਨ ਹਲਮ ਨਹੀਂ, ਵੇਖੀ ਨਾ ਮੋਮਨ ਜਾ ਰਿਹਾ। ਸ਼ਾਹ ਜੀ ਜਿਤਨੇ ਤਸ਼ਰੀਫ ਫਰਮਾਓ, ਬੰਦੇ ਅਕਸਰ ਚਾਚਾ ਜੀ ਮਜ਼ਾਕ ਕਰਦੇ ਨੇ ਨਾ, ਵੱਡੇ ਸ਼ੀਆ ਖਲੋਂਦੇ ਨਹੀਂ,
ਵੱਡੇ ਮੋਮਨ ਲਗੇ ਫਿਰਦੇ। ਨਿਆਜ਼ ਬੇਗ ਵਾਲਿਆ ਕੋਈ ਅੰਦਰੋਂ ਬੜਿਆ ਵੀ ਸੜਿਆ ਹੋਵੇ ਨਾ, ਬੜਾ ਵੀ ਸੜਿਆ ਹੋਵੇਗਾ ਤੇ ਪਤਾ ਕੀ ਕਹੇਗਾ, ਭਾਜੀ ਮੋਮਨ ਇੰਜ ਨੀ ਗੱਲ ਆਂਦਾ, ਮੋਮਨ ਹੀ ਹੈ। ਇੱਕ ਗੱਲ ਕਰ ਲਵਾਂ, ਮੈਨੂੰ ਨਹੀਂ ਪਤਾ ਤੁਹਾਡੇ 'ਚ ਸੁਣੇ ਕਿਤਨੇ ਨਸ਼ੀਏ ਕਿਤਨੇ ਅਲੀ ਵਾਲੇ ਨਾ ਬੋਲੇ ਅਰਮਾਨ ਲੱਗ ਜਾਣਾ। ਮੈਂ ਕਿਹਾ ਵਾਹ ਯਾਇਲੀ ਵਾਹ ਹਸਨੈਨ ਦਾ ਬਾਬਾ, ਤੁਹਾਨੂੰ ਮੰਨਣ ਦਾ ਸਵਾਦ ਹੀ ਬੜਾ ਆਇਆ ਹੈ, ਜੇ ਮੁਨਾਫਕ ਟਿਚਕਰ ਵੀ ਮਾਰੇ ਤਾਂ ਮੋਮਨ ਹੀ ਆ। ਹਾਏ ਹਾਏ ਬੰਦਾ ਚੱਕ ਕਰ ਜਿਹੜਾ ਨਹੀਂ ਬੋਲਿਆ, ਹੱਥ ਲਾਵੀ ਉਹਦੀ ਨਜ਼ਰ ਤੇ। ਜੀ ਬਿਸਮਿਲਾ ਕਰਾ, ਬਿਸਮਿਲਾ ਹੱਥ ਉੱਚੇ ਹੈਦਰੀ। ਆਂਦਾ ਮੋਮਨ ਹੀ ਹੈ, ਮੁਨਾਫਕ ਨਹੀਂ ਆਖਦਾ। ਇਵੇਂ ਗੱਲ ਜੀ, ਮੁਨਾਫਕ ਨਹੀਂ ਆਉਂਦਾ। ਮਲੰਗ ਪਿੱਛੇ ਮੁੜ ਕੇ ਵੇਖਿਆ, ਮਲੰਗ ਆਖਿਆ ਕੀ ਆਖਿਆ ਜੀ, ਭਾਜੀ ਕਿੱਥੋਂ ਪਈ ਆਉਂਦੇ ਹੋ? ਮਲੰਗ ਸੀਨਾ ਚੌੜਾ ਕਰਕੇ ਤੇ ਮੈਂ ਮਜਲਸ ਹੁਸੈਨ 'ਚ ਪਈ ਆਉਂਦਾ। ਜਿਹਦਾ ਸੀਨਾ ਚੌੜਾ ਹੁੰਦਾ ਉਹ ਤਾਂ ਬੋਲ ਪਵੇ, ਦੂਸਰੇ ਦੀ ਆਪਣੀ ਮਰਜ਼ੀ, ਤੁਹਾਡੇ ਸਾਰਿਆਂ ਦੇ ਚੌੜੇ ਹੁੰਦੇ ਨੇ। ਇਵੇਂ ਗੱਲ ਜੀ, ਮੈਂ ਮਜਲਸ ਹੁਸੈਨ 'ਚ ਪਈ ਆਉਂਦਾ। ਅਗਲੀ ਗੱਲ, ਲੰਗਰ ਖਾਏ ਹੋ? ਮਲੰਗ ਆਖਿਆ ਮੈਂ ਖਾਇਆ ਤੇ ਨਾ ਮੁਰਾਦਾ, ਤੁਸੀਂ ਨਹੀਂ ਖਾ ਸਕਦੇ। ਚਾਚਾ ਜੀ ਬਹੁਤ ਮਿਹਰਬਾਨੀ, ਹੋ ਸਕਿਆ ਕਿਉਂ ਨਹੀਂ ਖਾ ਸਕਦੇ? ਮਲੰਗ ਆਖਿਆ ਤੁਹਾਡੀ ਮਜਬੂਰੀ ਹੈ। ਚੱਲ ਜੇ ਲੰਗਰ ਤੇ ਗੱਲ ਹੋ ਗਈ ਤੇ ਇੱਕ ਗੱਲ ਕਰ ਦਵਾਂ, ਕੋਈ ਤੇ ਮੈਨੂੰ ਇਹਨਾਂ ਗੱਲਾਂ ਦਾ ਹੱਕ ਅਦਾ ਕਰੇਗਾ ਨਾ, ਮੈਨੂੰ ਦੁਆ ਤੇ ਦੇਗਾ ਨਾ, ਜੇ ਦਾਤ ਨਾ ਦੇਗਾ। ਆਓ ਲੰਗਰ ਦੀ ਅਜ਼ਮਤ ਦੱਸਾਂ। ਸ਼ਾਹ ਜੀ ਇੱਕ ਮੈਸੇਜ ਹੀ ਹੈ, ਬੇਸ਼ੱਕ ਭਾਈ ਜਾਨ ਇੱਕ ਮੈਸੇਜ ਹੀ ਹੈ। ਕਈ ਬੰਦੇ ਲੰਗਰ ਲੈਣ ਤੋਂ ਸ਼ਰਮਾਉਂਦੇ ਨੇ, ਮੈਂ ਜਾ ਕੇ ਲੰਗਰ ਮੰਗਾ? ਨਹੀਂ ਨਹੀਂ ਨਹੀਂ, ਮੇਰੀ ਤੁਹੀਨ ਹੈ, ਮੈਂ ਨਹੀਂ ਉੱਥੇ ਜਾਣਾ। ਇਹ ਮੇਰਾ ਮਿੰਬਰ ਤੇ ਹੱਥ ਹੈ, ਮੈਂ ਇਰਾਨ ਰੱਖ ਗਿਆ, ਅੱਲਾ ਤੈਨੂੰ ਲੈ ਜਾਵੇ। ਅੱਖਾਂ ਨਾਲ ਵੇਖਿਆ ਵਜ਼ੀਰ ਮਸ਼ੀਰ ਲੈਣ 'ਚ ਖਲੋਤੇ ਲੰਗਰ ਲੈਣ ਵਾਸਤੇ। ਹਾਏ 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 ਭਾਈ ਜਾਨ, ਇੱਕ ਮੈਸੇਜ ਹੈ ਮੌਲਾ ਦਾ ਵਾਸਤਾ, ਵਜ਼ੀਰ ਮਸ਼ੀਰ ਲੈਣ 'ਚ ਖਲੋਤੇ ਲੰਗਰ ਲੈਣ ਵਾਸਤੇ। ਚਾਚਾ ਜੀ ਇਹ ਹੀ ਗੱਲ ਜਿਹੜੀ ਮੈਂ ਗੱਲ ਕਰਨ ਲੱਗਾ, ਕਿਸੇ ਬੰਦੇ ਪੁੱਛਿਆ, ਓਏ ਤੂੰ ਬਾਦਸ਼ਾਹ ਹੈ, ਇੱਥੇ ਲੈਣ 'ਚ ਖਲੋ ਰਿਹਾ, ਘਰ ਰਿਜ਼ਕ ਥੋੜ੍ਹਾ ਹੀ, ਬਾਦਸ਼ਾਹ ਵੇਖ ਕਹਿੰਦਾ ਮੂੰਹ ਬੰਦ ਕਰ, ਜਿਹੜਾ ਘਰ ਹੈ ਉਹਦੇ ਵਿੱਚ ਸ਼ਫਾ ਕੋਈ ਨਹੀਂ। ਹਾਏ 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 ਹਾਏ, ਮੈਂ ਸਹੀ ਤੇ ਪਹੁੰਚਾ ਛੋੜਿਆ, ਤੇਰੀ ਜ਼ਿੰਦਗੀ ਦਰਾਜ਼ ਹੋਵੇ, ਜਿਹੜਾ ਗਾ ਰਹੇ ਉਹਦੇ ਵਿੱਚ ਸ਼ਫਾ ਕੋਈ ਨਹੀਂ। ਮੇਰੇ ਭਾਈਓ, ਮੇਰੇ ਬਜ਼ੁਰਗੋ, ਜਿੱਥੇ ਵੀ ਲੰਗਰ ਵੇਖੋ ਵਿੱਚ ਖਲੋਇਓ, ਭਾ ਮੈਨੂੰ ਵੀ ਦਈ, ਭਾ ਮੈਨੂੰ ਵੀ ਦਈ। ਇਹ ਜਿਹੜੇ ਧਿੱਕੇ ਲੱਗਦੇ ਨੇ ਨਾ, ਧਿੱਕੇ ਫਿਰ ਪਿੱਛੇ ਨਹੀਂ ਰਹਿਣ ਦਿੰਦੇ, ਜਾਂ ਸਮਝ ਆਉਂਦੀ ਪਈ ਨਾ, ਧਿੱਕੇ ਫਿਰ ਮੰਜ਼ਲਾਂ 'ਤੇ ਲੈ ਜਾਂਦੇ ਨੇ। ਸ਼ਾਹ ਜੀ ਕਿਸੇ ਵੇਲੇ ਤਾਂ ਇੰਜ ਦਾ ਧਿੱਕਾ ਲੱਗਦਾ, ਬੰਦਾ ਤੋੜ ਦੇਗ ਦੇ ਕੋਲ ਪਹੁੰਚ ਜਾਂਦਾ। ਹੁਣ ਬੋਲੇ ਜਿਹੜੇ ਦੇਗਾਂ ਵਾਲੇ ਨੇ ਉਹ ਬੋਲ ਪਏ ਨੇ, ਸਰ ਉਠਾਓ ਅਸੀਂ ਵੀ ਦੇਗਾਂ ਲਈਆਂ। ਪਤਾ ਕੋਈ ਆ ਕੇ ਲਾ ਕਲਬਲ ਵੀ ਮੈਨੂੰ ਚੱਕ ਗਿਆ, ਪਹਿਲਾਂ ਲੰਗਰ ਅਤੇ ਬਾਅਦ ਕੋਈ ਹੋਰ ਹੈ। ਇਹ ਲੰਗਰ ਦੀ ਖਾਤਰ ਹੈ, ਇਹ ਸਫੀ ਹੁਸੈਨ ਦਾ ਲੰਗਰ ਜਿਹੜਾ ਮੁੱਕ ਹੀ ਨਹੀਂ ਸਕਦਾ। ਪੜੀਏ ਜੀ ਹੁਣ ਕਸੀਦਾ, ਤਿਆਰ ਹੋ ਸਾਰੇ ਹੀ, ਫਰੈਸ਼ ਹੋ ਗਏ ਹੋ? ਮੁੜ ਫਰੈਸ਼ ਆ ਜਾਓ ਜੀ ਅਲਵੀ ਸਾਹਿਬ, ਬਿਸਮੇ ਲੱਜ ਨਹੀਂ ਜਾਂਦੇ ਰਾਜ ਹੋਣੀ। ਅਜੇ ਪਹਿਲਾਂ ਇੱਕ ਅਲਵੀ ਇਹਨਾਂ ਨਾਲ ਪੁਰਿਆ ਆ ਰਿਹਾ, ਸਾਰੇ ਚਾਚੇ ਬਾਬੇ ਬੈਠੇ ਨੇ, ਇਹਨਾਂ ਨੂੰ ਸਬਕ ਸੁਣਾ ਰਿਹਾ ਮੇਰੇ ਭਾਈ ਮੁਸ਼ਰਫ ਅੱਬਾਸ ਅਲਵੀ ਸਾਹਿਬ। ਭਾਈ ਜਾਨ ਪੜ੍ਹੀਏ ਕਸੀਦਾ। ਸ਼ਾਹ ਜੀ ਮੌਲਾ ਦਾ ਵਾਸਤਾ ਮੇਰਾ ਦਿਲ ਹੈ ਕਿ ਜਿਵੇਂ ਮੇਰਾ ਦਿਲ ਹੈ ਨਾ ਉਂਝ ਸਾਰੇ ਹੱਥ ਚੱਲਣ। ਮਲੰਗ ਜੀ ਅੱਲਾ ਜ਼ਿੰਦਗੀ ਦਰਾਜ਼ ਫਰਮਾਵੇ, ਜਿਹੜੀ ਤੁਸੀਂ ਮਜਲਿਸ ਆਖਣੀ ਹੋ ਮੈਂ ਇੱਕ ਹੀ ਦੀ ਪੜ੍ਹਨੀ ਹੈ, ਲੈਣ ਜਾਣੇ ਤਾਂ ਹੁਸੈਨ ਜਾਣੇ, ਇਮਾਮ ਹੁਸੈਨ ਦਾ ਸਦਕਾ ਮਜਲਿਸਾਂ ਹੀ ਪੜ੍ਹਨੀਆਂ ਸਾਰੀਆਂ। ਸਰ ਉਠਾ, ਮਲੰਗ ਆਖਿਆ ਤੁਸੀਂ ਲੰਗਰ ਨਹੀਂ ਖਾ ਸਕਦੇ, ਉਸ ਆਖਿਆ ਕਿਉਂ ਨਹੀਂ ਖਾ ਸਕਦੇ? ਭਾਈ ਜਾਨ ਬਾਅਦ ਇੱਥੇ ਹੀ ਰੱਖਿਓ, ਥੋੜ੍ਹਾ ਜਿਹਾ ਕੜਾਕੇਦਾਰ। ਉਸ ਆਖਿਆ ਕਿਉਂ ਨਹੀਂ ਖਾ ਸਕਦੇ? ਮਲੰਗ ਆਖਿਆ ਦੱਸਾਂ ਦੱਸਾਂ ਭਾਈ, ਪਹਿਲੀ ਸਤਰ ਤਾਂ ਮੈਂ ਵੇਖਣ, ਮੈਂ ਗੱਪਣ ਨਹੀਂ ਜਾ ਕੋਈ। ਉਸ ਆਖਿਆ ਕਿਉਂ ਨਹੀਂ? ਮਲੰਗ ਆਖਿਆ ਨਬੀ ਦੀ ਆਲ ਦਾ ਦੁਸ਼ਮਣ ਤੇ ਲੰਗਰ ਖਾ ਨਹੀਂ ਸਕਦਾ। ਸਾਰੇ ਹੱਥ ਉਠਾ ਕੇ ਬੋਲੋ ਹੈਦਰੀ। ਮੈਂ ਸੱਚੀ ਪੀ ਆਖਣਾ, ਜਿਹੜਾ ਸ਼ੀਆ ਸੁਣੀ ਆਖੇ ਕੱਲਬ ਬਾਸ ਅਲਵੀ, ਸੱਚ ਪੀ ਆਖਣਾ, ਇੱਕ ਵਾਰੀ ਤੈਦ ਕਰ ਦਿਓ, ਇੱਕ ਵਾਰੀ ਹੱਥ ਚਾ ਕੇ ਤੈਦ ਕਰ ਲਿਓ, ਇੱਕ ਵਾਰੀ ਹੱਥ ਉੱਚੇ ਹੈਦਰੀ। ਸਾਰਿਆਂ ਦੀ ਵੀਡੀਓ ਬਣਾਵੀ ਸੋਹਣੀ ਜੀ ਕਰਕੇ, ਕਲੋਜ਼ ਕਲੋਜ਼ ਕਰਕੇ, ਬੰਦਾ ਵੇਖੀ ਜਿਹੜਾ ਕਰੇ। ਭਾਈ ਜਾਨ ਮੇਰਾ ਸਾਹ ਦੀ ਚਿਹਰਾ ਨਹੀਂ, ਹੱਥ ਵੇਖਣਾ ਅਲੀ ਦੇ ਨਾਮ ਦਾ ਨਾਰਾ ਮੁਨ ਕਰ ਲਾ ਦੇ। ਕਿਹੜਾ ਹੱਥ ਜਿਹੜਾ ਅਲੀ ਵਾਲੇ ਦਾ ਬੁਲੰਦ ਨਹੀਂ ਹੋਇਆ? ਹੱਥ ਉਠਾ ਕੇ ਬੋਲੋ ਹੈਦਰੀ।
ਤੂੰ ਜਨਾਰਾ ਹੈਦਰੀ ਤੇਰੀ ਜਨਾਰਾ ਹੈਦਰੀ ਚੌਥਾ ਨਾਰਾ ਹੈਦਰੀ ਉਹ ਬਾਈਆ ਵੀਡੀਓ ਪਈ ਬਣਦੀ ਆ ਪੰਜਵਾਂ ਨਾਰਾ ਹੈਦਰੀ ਨਬੀ ਦੀ ਆਲ ਦਾ ਦੁਸ਼ਮਣ ਅਲੀ ਦੇ ਨਾਮ ਦਾ ਨਾਰਾ ਤਮਨ ਕਰ ਲਾ ਨਹੀਂ ਸੰਗਦਾ ਨਿਆਜ਼ ਬੇਗ ਜ਼ਿੰਦਾਬਾਦ ਭਾਈ ਹੱਕ ਦਾ ਕਰ ਦਿੱਤਾ ਇੱਥੇ ਤੇ ਇੰਜ ਜਿਵੇਂ ਹੁਣ ਮਜਲਿਸ ਸ਼ੁਰੂ ਹੋਈ ਹੈ ਕੌਣ ਆਂਦਾ ਮਜਮਾ ਥੱਕਿਆ ਏ ਨਾਮ ਦਾ ਨਾਰਾ ਤੇ ਮਨ ਕਰ ਲਾ ਨਹੀਂ ਸੰਗਦਾ ਅਲੀ ਦੇ ਨਾਮ ਦਾ ਨਾਰਾ ਤੇ ਮਨ ਕਰ ਲਾ ਨਹੀਂ ਸੰਗਦਾ ਅਲੀ ਦੇ ਨਾਮ ਦਾ ਨਾਰਾ ਤੇ ਮਨ ਕਰ ਲਾ ਨਹੀਂ ਸੰਗਦਾ ਅਲੀ ਦੇ ਨਾਮ ਦਾ ਨਾਰਾ ਤੇ ਮਨ ਕਰ ਲਾ ਨਹੀਂ ਸੰਗਦਾ ਅਲੀ ਦੇ ਨਾਮ ਦਾ ਨਾਰਾ ਮਨ ਕਰ ਲਾ ਨਹੀਂ ਮਲੰਗਣਾ ਦੇ ਓਏ ਤੁਸੀਂ ਅਲੀ ਨੂੰ ਸੋਚਦੇ ਨਹੀਂ ਮਲੰਗ ਕੇ ਤੁਸੀਂ ਲੰਗਰ ਨਹੀਂ ਖਾਂਦੇ ਤੇ ਅਸੀਂ ਸੋਚਦੇ ਵੀ ਨਹੀਂ ਤੇਰੀ ਜ਼ਿੰਦਗੀ ਦਰਾ ਦੇ ਮੈਂ ਰਾਜ਼ੀ ਹੋ ਗਿਆ ਹੈਦਰੀ ਮੇਰਾ ਬਿਰਾ ਦੋ ਕੰਮ ਪਿਆ ਕਰਦਾ ਹੈ ਵੀਡੀਓ ਵੀ ਤੇ ਦਾਦ ਵੀ ਮੈਂ ਇੱਥੇ ਕਬਰ ਤੱਕ ਰਾਜ਼ੀ ਹਾਂ ਸਰ ਉਠਾਓ ਮਲੰਗ ਦੇ ਪਾਸੇ ਵੇਖਦੇ ਅਲੀ ਨੂੰ ਸੋਚਦੇ ਨਹੀਂ ਮਲੰਗ ਆਖਿਆ ਸਾਡੀ ਮਜਬੂਰੀ ਅਸੀਂ ਅਲੀ ਨੂੰ ਸੋਚ ਨਹੀਂ ਸਕਦੇ ਚਾਚਾ ਜੀ ਤੁਹਾਡੀ ਚਿੱਟੀ ਦਾੜੀ ਦੀ ਕਸਮ ਹੈ ਮਜਲਿਸਾਂ 'ਚ ਬੰਦਾ ਨਹੀਂ ਅਕੀਦੇ ਬੋਲਦੇ ਨੇ ਅਕੀਦਾ ਬੋਲਦਾ ਵੇਖਣਾ ਕਿਦਾ ਮੇਰੇ ਨਾਲ ਰਲਦਾ ਸਰ ਉਠਾਓ ਮਲੰਗ ਆਖਿਆ ਆ ਦੱਸਾਂ ਅਲੀ ਨੂੰ ਕਿਉਂ ਨਹੀਂ ਸੋਚਦੇ ਅਲੀ ਨੂੰ ਸੋਚਦੇ ਜਿਹੜੇ ਉਹ ਸ਼ੈਤਾਨ ਬਣਦੇ ਨੇ ਹਾਏ 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 ਜਿਹੜਾ ਨਹੀਂ ਬੋਲਿਆ ਉਹਨੂੰ ਲੱਗਦਾ ਸ਼ੱਕ ਹੱਥ ਉਠਾ ਕੇ ਬੋਲੋ ਹੈਦਰੀ ਮਲੰਗ ਦੇ ਨਾਮ ਦਾ ਨਾਰਾ ਤੇ ਮਨ ਕਰ ਲਾ ਨਹੀਂ ਸੰਗਦਾ ਅਲੀ ਦੇ ਨਾਮ ਦਾ ਨਾਰਾ ਤੇ ਮਨ ਕਰ ਲਾ ਨਹੀਂ ਸੰਗਦਾ ਅਲੀ ਦੇ ਭਾਈ ਜਾਨ ਅਗਲੀ ਸਤਰ ਸੁਣਿਓ ਇਹ ਮੇਰੇ ਆਪਣੇ ਬਾਬਿਆਂ ਵਾਸਤੇ ਅੰਕਲ ਜੀ ਕਿਬਲਾ ਤੁਹਾਡੀ ਨਜ਼ਰ ਕਰ ਲੱਗਾ ਸਾਰੇ ਹੁਸੈਨੀ ਮਿਲਦਾ ਜੋ ਨਹੀਂ ਸੰਗਦਾ ਅਲੀ ਦੇ ਨਾਮ ਦਾ ਨਾਰਾ ਤੇ ਮਨ ਕਰ ਲਾ ਨਹੀਂ ਸੰਗਦਾ ਅਲੀ ਨੂੰ ਸੋਚਦੇ ਜਿਹੜੇ ਉਹ ਸ਼ੈਤਾਨ ਛੱਡੇ ਕੇ ਦਰਵਾਜ਼ਾ ਕੋਈ ਸੁੱਖ ਪਾ ਨਹੀਂ ਸੰਗਦਾ ਜਿਹੜਾ ਸੈਯਦਾ ਤੋਂ ਸੜਦਾ ਏ ਉਹ ਜੰਨਤ ਜਾ ਨਹੀਂ ਸੰਗਦਾ ਸਰ ਬੋਲੋ ਰੀ ਲਾਲ ਕਲੰਦਰ ਯਾ ਅਲੀ ਅਲੈਹਿ ਸਲਾਤੁ ਵਸਲਾਮ ਵਾਲਾ ਸੁਭਾਨ ਅੱਲਾਹ ਭਾਈ ਜਾਨ ਕਿਆ ਕਹਿਣਾ ਬੇਸ਼ੱਕ ਜ਼ਿੰਦਾਬਾਦ ਜ਼ਿੰਦਾਬਾਦ ਮੁਰਦਾਬਾਦ ਮੁਰਦਾਬਾਦ ਮੌਲਾ ਅਰਸ਼ਾਂ ਦੇ ਰੰਗ ਲਾਵੇ ਬਹੁਤ ਮਿਹਰਬਾਨੀ ਪੁੱਤਰਾਂ ਨਾਲ ਆਬਾਦ ਰਹੋ ਮੇਰੇ ਬਜ਼ੁਰਗ ਸਾਹਮਣੇ ਬੈਠਣ ਮੌਲਾ ਇਹਨਾਂ ਦਾ ਸਾਇਆ ਸਲਾਮਤ ਰੱਖੇ ਪੀਰ ਨਵਾਜ਼ਸ਼ਾਹ ਜੀ ਹੁਣ ਨਾਤ ਪੜ੍ਹ ਲਵਾਂ ਇੱਕ ਸ਼ੇਰ ਇੱਕ ਹਾਂਜੀ ਜ਼ਰੂਰੀ ਹੈ ਵਾਜਬ ਪੂਰੀ ਪੜ੍ਹਨੀ ਹੈ ਚਲੋ ਜੀ ਜ਼ਿੰਦਗੀਆਂ ਦਰਾਜ਼ ਨੇ ਸਾਰਿਆਂ ਦਾ ਪ੍ਰੋਗਰਾਮ ਹੈ ਜੀ ਜਿਹੜੇ ਪਿੱਛੇ ਬੈਠੇ ਚਾਚੂ ਜੀ ਇੱਕ ਸਾਰ ਪੜ੍ਹ ਦੇਵਾਂ ਨਾਤ ਜੀ
چلو جی میں پڑھ دینا مینو تے نعتاں والا ذاکر مشہور کرتا ہے تے چنگی گل نہیں حسنین دا نانا خیرات پیا دیندا ہے میلاد شروع ہو گیا ڈیری پہلے ہی فل ہو گئی سنیاں بھی بلا لیا مینو الوی صاحب آؤ ساڈا میلاد پڑھ لو تے ایک جگہ تے آندا چمکیلے کپڑے پا کے آئے ہو میں کہا میرے کول وہ بھی میک اپ ہے سبحان اللہ زندگیاں دراز نہیں میں کہا جی آخو گے تو سارا ہی پواواں گے سر اٹھاؤ پڑھ لیجیے ایک نعت جتھے جائیے نعت 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 لین جانے ہوتے حسین جانے اے ویکھی مجمع ہونے چھت نہ لگا پیا اگے ہی لگا پیا امام حسین دا صدقہ انہاں نوں پڑھ لگے نے اللہ قرآن چ فرمایا فبے جی اللہ رب کما تو کسے بات تو میری کون کون سی نعمت کو جٹلاؤ گے چاچو جی کئی بندیاں گھر بہ کے ترجمہ کیتا اللہ پہ آخ دے کون کون سی نعمت کو جٹلاؤ گے ہم نے تم کو دعانے عطا کیے ایسے نہیں بھائی جان ہم نے تم کو کیلے عطا کیے ہم نے تم کو خربوزے عطا کیے شاہ جی ایک جگہ تے میں ہاتھ بن کے آخیا مولوی صاحب وہی گل کر دیا جڑی ختم چ لبے میں کہ وہ اللہ ہے چھوٹی باتیں نہیں کرتا وہ سب کا خالق ہے بڑی باتیں کرتا ہے جی اور کیڑی نعمت ہے جڑی تسی لئی پھر دے ہو بھائی جان ایک شعر پڑھنا ہے کائنات دی قیمت ہے تے مولا دا واسطہ ساتھ دے ہو سکے کیڑی نعمت ہے بابا جی تسی چاچو جی آکھیا تے ہن اس مجمع دے تسی ذمہ دار ہو میں جدہ وی آواں انج ہی ہوندا ہے مولا دی قسم جی میں اج پہلی واری پیا پڑھنا اے جوان بھائی تھوڑے جے طریقے ہو کے ہو سکے کیڑی نعمت ہے میں کیا دساں جس نعمت دی اللہ گل کردا ہے میں تینوں سنا دینا اللہ دی کریمی دا حساب کوئی نہیں علی وانگو جگ تے نواب کوئی نہیں سبحان اللہ زندہ باد نیاز بیگ زندہ باد لاہور زندہ باد سخی حسین دا صدقہ مولا عرشاں دے رنگ لاوے خدا دی قسم تسی حق ادا کر دیتا میری اوقات میری توقع نالوں ودھ کے سونا سنیا میرے چاچے بھی دعا دیندے نے بابے بھی تے بھائیاں بھی سادات بھی اللہ عرشاں دے رنگ لاوے میں تواڈے ساریاں دا نوکر ہاں مولا دواز شیر پڑھ لگا ایک شاہ جی میرا ممبر تے ہاتھ ہے میں پیچھے مجلس پڑھ گیا اڈا پلاٹ ہزاراں دی تعداد مجلس مجمع سی ایک شیر پڑھیا سارا پنڈال کھلو گیا مینو نہیں پتہ ایتھے زمین مال کے کس سننا ہے تے اپنے پیراں تے کھلو کے کس سننا ہے مولا دواز بھائی جان آپ بھائی ہیں میرا ساتھ دیجیے گا جتنے غدیر دے قائل قبلہ مولا تسی راتی جانے میں کوٹھے پنڈ پڑھیا اتھے بھی مجمع کھلو گیا میرے بھائی بے سامنے بیٹھے ہیں جنہیں راتی بھی سنے چاچو جی ہاتھ کھولو علی وانگو جگ تے نواب کوئی نہیں سانی تیرا مولا بدھ رب کوئی نہیں علی وانگو جگ تے نواب کوئی نہیں سانی تیرا مولا بدھ رب کوئی نہیں
ਸਾਰਾ ਮਜਮਾ ਮੇਰੇ ਨਾਲ ਲੜ ਜਾਣਾ। ਨਵਾਬ ਕੋਈ ਨਹੀਂ ਗਦੀਰ ਦੇ ਕਾਇਲ ਹੋ, ਚਾਚੂ ਦੀ ਲਫ਼ਜ਼ ਸੁਣਿਓ, ਰੰਗ ਲਾਵੇ ਪਾਕ ਬੀਬੀ, ਤੁਹਾਨੂੰ ਕਿਸੇ ਕਮੀਨੇ ਦਾ ਮੁਹਤਾਜ ਨਾ ਕਰੇ। ਵਾਦਾ ਵਫਾ ਹੋ ਗਿਆ, ਤੁਹਾਡੇ ਚਿਹਰਿਆਂ ਦਾ ਦੀਦਾਰ ਹੋ ਗਿਆ। ਜਿਤਨੇ ਆਏ ਹੋ ਮੌਲਾ ਤੁਹਾਨੂੰ ਅਰਸ਼ਾਂ ਦੇ ਰੰਗ ਲਾਵੇ, ਪਾਕ ਬੀਬੀ ਕਿਸੇ ਕਮੀਨੇ ਦਾ ਮੁਹਤਾਜ ਨਾ ਕਰੇ। ਅੱਲਾ ਤੁਹਾਡਾ ਟੋਰਾ ਕਬੂਲ ਫਰਮਾਵੇ। ਜਿਤਨੇ ਬੈਠੇ ਹੋ ਵਸਦੇ ਹਾਈ ਤੇ ਜੱਗ ਤੋਂ ਸੋਹਣੇ, ਅੱਲਾਹ ਅਕਬਰ, ਮੈਂ ਕਿਹਾ ਵਸਦੇ ਹਾਈ ਤੇ ਜੱਗ ਤੋਂ ਸੋਹਣੇ, ਇੱਕ ਜੁਮਲਾ ਆਖਾਂ ਜੇ ਤੁਹਾਡੀ ਹਾਏ ਨਿਕਲੇ, ਉਜੜਨ ਤੇ ਹੀ ਜੇ ਉਜੜਨ ਦੀ ਚਾਦਰ ਕੋਈ ਨਹੀਂ, ਪੁੱਤਰ ਦਾ ਕਫਨ ਕੋਈ ਨਹੀਂ। ਚੱਲ ਇੱਕ ਜੁਮਲਾ ਹੋਰ ਆਖ ਦੇਣਾ, ਮਤਾਂ ਕਿਸੇ ਦੀ ਹਾਏ ਨਿਕਲਦੀ ਹੋਵੇ, ਜਵਾਨ ਜ਼ਰੂਰ ਕੋਸ਼ਿਸ਼ ਕਰਿਓ। ਸ਼ਾਦੀ ਤੁਹਾਡੀ ਰੋਂਦੀ ਅੱਖੀ ਦੀ ਕਸਮ ਹੈ, ਜਦੋਂ ਵਸਦੀ ਹਾਈ ਤਾਂ ਕਨੀਜ਼ਾਂ ਦੇ ਸਹਾਰੇ ਮਸਲੇ 'ਤੇ, ਚਾਚਾ ਜੀ ਜਦੋਂ ਉਜੜੀ ਹੈ ਤਾਂ ਨੌ ਨੌ ਮੀਲ ਟੁਰਦੀ ਰਹੀ। ਅੱਲਾਹ ਅਕਬਰ। ਇੱਕ ਮੈਂ ਵੈਨ ਕਰਨਾ ਹੈ, ਜਿਸ ਵੇਲੇ ਤੇਰਾ ਮਿਜ਼ਾਜ ਮਿਲ ਗਿਆ ਉਸ ਵੇਲੇ ਇੱਕੋ ਵੈਨ ਕਰਕੇ ਮੈਂ ਮੈਂਬਰ ਛੱਡ ਦੇਣਾ, ਲੇਕਿਨ ਮੌਲਦ ਵਾਸਤੇ ਥੋੜ੍ਹਾ ਜਿਹਾ ਮਿਜ਼ਾਜ ਮਿਲਾ। ਚੱਲ ਕਬੂਲੀਅਤ ਦਾ ਟਾਈਮ ਹੈ, ਮੇਰੀਆਂ ਮਾਵਾਂ ਬਹਿਣਾਂ ਦੀਆਂ ਮੁਰਸ਼ਦਾਦੀਆਂ ਵੀ ਬੈਠੀਆਂ, ਇੱਕ ਦੁਆ ਮੰਗ ਲਵਾਂ। ਰੋਂਦੀ ਅੱਖੀ ਨਾਲ ਦੁਆ ਮੰਗੀ ਹੈ, ਜਿਸ ਦੁਆ 'ਚ ਹਾਏ ਕਰੀਏ ਨਾ ਭਾਈ ਜਾਨ, ਉਹ ਦੁਆ ਅੱਲਾ ਰੱਦ ਨਹੀਂ ਕਰਦਾ। ਮੈਂ ਹੱਥ ਪੱਤੀ ਖਲੋਤਾ, ਹਾਏ ਜ਼ਰੂਰ ਕਰੀ, ਬਹਿਣਾਂ ਨਾਲ ਲੈ ਕੇ ਆਏ, ਦੀਆਂ ਨਾਲ ਲੈ ਕੇ ਆਏ, ਰੋਂਦੀ ਅੱਖੀ ਨਾਲ ਦੁਆ ਮੰਗਣਾ, ਅੱਲਾ ਇਨਸ਼ਾਅੱਲਾ ਕਿਸੇ ਬਹਿਣ ਦਾ ਵਿਰਾਹ ਨਾ ਮਰੇ। ਚਾਚਾ ਜੀ ਅੱਲਾ ਨਾ ਕਰੇ ਬਿਰਾ ਮਰ ਜੀ, ਮੈਂ ਲੱਖ ਵਾਰੀ ਪੜਾ, ਮੈਂ ਬਿਸਮਿਲ੍ਲਾ ਕਰਾਂ, ਇਨਸ਼ਾਅੱਲਾ ਕਿਸੇ ਬਹਿਣ ਦਾ ਬਿਰਾ ਨਾ ਮਰੇ। ਬਾਬਾ ਜੀ ਅੱਲਾ ਨਾ ਕਰੇ ਬਿਰਾ ਮਰ ਜਾਵੇ ਨਾ ਭਾਈ ਜਾਨ, ਬਹਿਣ ਦੂਰ ਦੀ ਵਸਦੀ ਹੋਵੇ, ਬਹਿਣ ਨੂੰ ਪਤਾ ਲੱਗੇ ਬਿਰਾ ਮਰ ਗਈ ਹੈ, ਸਰ ਤੇ ਚਾਦਰ ਲੈਣੀ ਭੁੱਲ ਜਾਂਦੀ ਹੈ। ਮੈਂ ਬਿਸਮਿਲ੍ਲਾ ਕਰਾਂ, ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੀ ਹੈ, ਤੇ ਪਤਾ ਕੀ ਆਉਂਦੀ ਹੈ, ਜਲਦੀ ਕਰੋ ਮੈਂ ਉਜੜ ਗਈ ਹਾਂ। ਅੱਲਾ ਮਾਨ ਹੈ ਇਹ ਤੇਰੀ ਹਾਏ, ਮੈਂ ਬਿਸਮਿਲ੍ਲਾ ਕਰਾਂ, ਜਿਵੇਂ ਤੇਰਾ ਮਿਆਰ ਹੈ ਉਹ ਜਿਹਾ ਹਾਏ ਕੀਤੀ ਆ, ਬਿਸਮਿਲ੍ਲਾ ਕਰਾਂ, ਜਲਦੀ ਕਰੋ ਮੈਂ ਬਰਬਾਦ ਹੋ ਗਈ ਹਾਂ। ਜਿਤਨੇ ਮਕਾਨੀ ਆਏ ਬੈਠੇ ਮੇਰੀਆਂ ਮਾਵਾਂ ਬਹਿਣਾ, ਅੱਲਾ ਤੁਹਾਡੇ ਬਿਰਾਵਾਂ ਦੇ ਸਾਹ ਸਲਾਮਤ ਰੱਖੇ, ਤੁਹਾਡੇ ਪੇਕੇ ਮਾਨ ਸਲਾਮਤ ਰਹਿਣ। ਇਹ ਜੁਮਲਾ ਮੈਂ ਤੁਹਾਡੇ ਹਿੱਸੇ ਦਾ, ਚਾਚਾ ਜੀ ਗਰੀਬ ਤੋਂ ਗਰੀਬ ਬਹਿਣ ਬਿਰਾ ਦੀ ਲਾਸ਼ 'ਤੇ ਆਵੇ ਨਾ, ਗਰੀਬ ਤੋਂ ਗਰੀਬ ਬਹਿਣ ਬਾਈ ਜਾਨ ਆ ਕੇ ਬਿਰਾ ਦਾ ਮੂੰਹ ਫੁੱਲਾਂ 'ਚ ਵੇਂਦੀ ਹੈ, ਬਿਰਾ ਨੂੰ ਕਫਨ 'ਚ ਵੇਂਦੀ ਹੈ ਅਤੇ ਮੁਤਮਿਨ ਹੋ ਜਾਂਦੀ ਹੈ, ਅੱਲਾ ਤੇਰਾ ਸ਼ੁਕਰ ਹੈ ਬਿਰਾ ਨੂੰ ਕਫਨ ਮਿਲ ਗਿਆ। ਕੰਡ ਕਰ ਜਿਹੜਾ ਆਖਿਆ ਮੇਰੀ ਹਾਏ ਨਹੀਂ ਨਿਕਲਦੀ, ਅਮੀਰ ਅਲ ਮੋਮਿਨੀਨ ਦੀ ਜਦਾਂ ਬਿਰਾ ਦੀ ਲਾਸ਼ 'ਤੇ ਆਈ ਹੈ, ਬਿਰਾ ਦਾ ਮੂੰਹ ਪੱਥਰਾਂ 'ਚ ਲੱਭਦੀ ਰਹੀ ਹੈ। ਅੱਖਾਂ ਖੋਲ ਮੈਂ ਉਜੜ ਗਈਆਂ, ਅੱਖਾਂ ਖੋਲ ਮੈਂ ਬਰਬਾਦ, ਅੱਲਾਮਾਨ ਅੱਲਾਮਾਨ ਸਦਕੇ ਜਾਵਾਂ, ਬਿਸਮਿਲ੍ਲਾ ਕਰਾਂ, ਆ ਗਏ ਮੇਰੇ ਹਿੱਸੇ ਦੇ ਅੰਸੂ, ਹਰ ਆਖ ਵਸ ਪਈਏ। ਇੱਕ ਇੱਕ ਮਿੰਟ ਮਿੰਡਿਆ ਲਓ ਹੋਰ ਵੇਖ, ਮੈਂ ਵਹਿਨ ਕਰਾਂ। ਜਿਤਨੇ ਮਕਾਨੀ ਹੋ, ਇੱਕ ਮੈਂ ਸਵਾਲ ਕਰਨਾ ਹੈ, ਇਹ ਗੱਲ 'ਚ ਮੈਂ ਕੱਪੜਾ ਪਾ ਲਿਆ, ਬੇਸ਼ੱਕ ਹਾਏ ਕਰ ਦੇ, ਬੇਸ਼ੱਕ ਰੋ ਛੋੜੀ, ਤੇਰੀ ਆਪਣੀ ਮਰਜ਼ੀ ਦੀ ਗੱਲ ਹੈ ਨਾ ਮਿਜ਼ਾਜ ਰਲਣ ਦੀ, ਲੇਕਿਨ ਇੱਕ ਵਾਰੀ ਜ਼ਹਿਨ ਕਰ ਬਲਾ ਲੈ ਜਾ। ਮੈਂ ਹੱਥ ਪੱਤੀ ਖਲੋਤਾ, ਜਿਤਨੇ ਸੱਯਦ ਗੱਲ 'ਚ ਕੱਪੜਾ ਪਾ ਕੇ ਪੁੱਛਣਾ, ਅੱਲਾ ਨਾ ਕਰੇ ਬਿਰਾ ਮਰ ਜਾਵੇ, ਚਾਚਾ ਜੀ ਬਿਰਾ ਮਰ ਜਾਵੇ, ਬਹਿਣ ਬਿਰਾ ਦੀ ਲਾਸ਼ 'ਤੇ ਆਵੇ, ਇਹ ਹੀ ਮੇਰੇ ਵੱਲ ਵੇਖੀ, ਵੇਖਣ ਦੇ ਨਾਲ ਮਤਲਬ ਹੈ, ਮੈਨੂੰ ਦੱਸੋ ਕਿਆ ਬਹਿਣ ਇੰਝ ਆਉਂਦੀ ਹੈ, ਹੱਥ ਖੁੱਲ੍ਹੇ ਆਉਂਦੇ ਨੇ ਬਾਈ ਜਾਨ। ਜੇ ਰਸ਼ ਹੋਵੇ ਤਾਂ ਲੋਕ ਕਹਿੰਦੇ ਰਸਤਾ ਦੀ ਹੋਈ ਦੀ ਬਹਿਣ ਆ ਗਈ ਹੈ, ਰਸਤਾ ਦੀ ਹੋਈ ਨੂੰ ਰੋਵਣ ਵਾਲੀ ਆ ਗਈ ਹੈ। ਨਿਆਜ਼ ਬੇਗਾਲਿਆ ਮੌਲਾ ਦੀ ਕਸਮ, ਤੇਰੀ ਜ਼ਿੰਦਗੀ ਗੁਜ਼ਰ ਗਈ ਹੈ, ਮਜਲਸਾਂ ਸੁਣਦੇ ਹਾਂ, ਜੇ ਇੱਕ ਜੁਮਲਾ ਸਮਝ ਆ ਗਿਆ ਜ਼ਿੰਦਗੀ ਤਾਂ ਰੋਣਾ ਨਾ ਸਮਝੇ ਤਾਂ ਗੱਲ ਹੀ ਕੋਈ ਨਹੀਂ। ਜਵਾਨ ਬਾਈ ਪੁੱਛੋ ਨਾ, ਕੱਲਾ ਬਾਈ ਦੱਸੋ ਨਾ, ਅਲੀ ਦੀ ਦੀ ਫਿਰਾ ਦੀ ਲਾਸ਼ 'ਤੇ ਆਈ ਕਿਵੇਂ, ਜਿਹਨੂੰ ਅਸੀਂ ਰੋਂਦੇ ਹਾਂ, ਆਦਾ ਪੀਆਂ ਆਈ ਰੱਸੀਆਂ ਪਾ ਕੇ ਮਿਲਣ ਫਿਰਾ ਦੋ, ਉਹ ਜਦਾਂ ਯਸਰਬ ਦੀ ਸ਼ਹਿਜ਼ਾਦੀ ਪੌਂਡੇਰ ਤਾਈ ਹੈਰਾਨ ਰਹੀ, ਡਿੱਠੀ ਧੁੱਪ ਤੇ ਲਾਸ਼। ਇੱਕ ਵਾਰੀ ਸੀਨੇ ਤੇ ਹੱਥ ਮਾਰ, ਜਿਹੜਾ ਬੰਦਾ ਸ਼ੀਆ ਇੱਕ ਵਾਰੀ ਹੱਥ ਮਾਰੇ, ਹਾਏ ਹੁਸੈਨ ਅੱਲਾ ਮਾਰ।
ਲਮਾਨ ਲਮਾਨ ਮੈਂ ਸਦਕੇ ਜਾਵਾਂ ਬਾਬਾ ਹੱਥ ਨਾ ਬੰਨੋ ਹੋ ਗਈ ਮੇਰੇ ਹਿੱਸੇ ਦੀ ਮਜਲਸ ਬਾਣੀਆਂ ਮਜਲਸਾ ਮੁਬਾਰਕ ਹੋਣੀ ਦੂਰ ਦੀਆਂ ਵਸਦੀਆਂ ਮਾਵਾਂ ਦੀਆਂ ਆ ਗਈਆਂ ਰੋਵਣ ਨਾਲੋ ਜਿੱਥੇ ਜਵਾਨ ਰੋ ਪਵਨ ਉੱਥਾ ਯਕੀਨਨ ਮਸੂਮ ਦੀਆਂ ਮਦੋਦੀ ਏ ਕਿਉਂਕਿ ਜਵਾਨ ਔਖਾ ਰੋਂਦਨ ਰੋ ਪਵਨ ਤੇ ਚਾਲੀ ਚਾਲੀ ਸਾਲ ਖੂਨ ਰੋਂਦੇ ਮਤਾ ਕਹਿੰਦੇ ਪਾਸੇ ਦੇ ਨਾਲ ਸਜਾਦ ਰਾਤ ਬੈਠਾ ਰੋਂਦਾ ਹੋਵੇ ਰੋਵਣ ਨਾਲੋ ਲਗਵਾਏ ਫਿਰਾ ਦੀ ਲਾਸ਼ ਹੀ ਆਈਏ ਜਿਤਨੇ ਮਕਾਨੀ ਉਹ ਸਹੀਦਾਂ ਕੋਲੋਂ ਮਾਫ਼ੀ ਮੰਗਣਾ ਬਾਬਾ ਅੱਲਾ ਗਵਾਏ ਅਲਾਮਾ ਲਿਖ ਦੇਣ ਬੀਬੀ ਇੰਜ ਲੱਥੀ ਏ ਜਿਵੇਂ ਗਾਜ਼ੀ ਜ਼ੀਨ ਤੋਂ ਲੱਥਾ ਅਲਮਾਨ ਅਲਮਾਨ ਤੇ ਮਦਦ ਮਾ ਸਮਝਾ ਦੇ ਅੱਲਾਹ ਅਕਬਰ ਮੈਂ ਸਦਕੇ ਜਾਵਾ ਇੰਜ ਲੱਥੀ ਏ ਜਿਵੇਂ ਅਬਾਸ ਜ਼ੀਨ ਤੋਂ ਲੱਥਾ ਸ਼ਬੀਰ ਦੀ ਕਬਰ ਲਾਸ਼ ਤੇ ਆ ਕੇ ਅਦੇ ਦਸ ਮਦੀਨੇ ਆਲਾ ਹੁਸੈਨ ਤੂੰ ਏ ਦਸ ਅਕਬਰ ਦਾ ਬਾਬਾ ਤੂੰ ਏ ਜਬਰੀਲ ਦੇ ਪਰਾਂ ਤੇ ਸਮਨ ਵਾਲਾ ਤੂੰ ਏ ਬੀਬੀਆਂ ਦੀ ਮੈਨੂੰ ਦੱਸਾਂ ਮੈਂ ਤੈਨੂੰ ਕੀ ਆ ਕੇ ਰੋਵਾਂ ਸ਼ਬੀਰਾ ਦਿਨ ਜ਼ੈਨਬ ਮੈਨੂੰ ਰਹੀ ਸ਼ੇਰ ਬਾ ਕੇ ਰੋ ਮੈਨੂੰ ਜੰਨਤ ਦਾ ਸਰਦਾਰ ਆ ਕੇ ਰੋ ਜਿਹਦੇ ਮਜ਼ਹਬ ਚ ਮਾਤਮ ਜਾਏਦੇ ਹਾਏ ਜ਼ਰੂਰ ਕਰਿਓ ਸ਼ਬੀਰਾ ਦਿਨ ਨਵਾਬੇ ਕਰਬਲਾ ਕਰੋ ਪੀਰਾ ਦੀ ਲਾਸ਼ ਜਾਣ ਪਈਏ ਹਕਲ ਮਾਰ ਕੇ ਆਦੀ ਉੱਠੀ ਦਸ ਨਵਾਬਾਂ ਦੀਆਂ ਭੈਣਾਂ ਲਮਾਨ ਲਮਾਨ ਪੜਾਂ ਕੇ ਛੱਡ ਦੇਵਾਂ ਇੱਕ ਵੈਨ ਕਰਾਂ ਇੰਜ ਨਹੀਂ ਜਿਹੜੇ ਹਲਕੇ ਦੇ ਮਾਤਮੀ ਸਰ ਦਾ ਮਾਤਮ ਏ ਸਰ ਦਾ ਮਾਤਮ ਬੀਬੀ ਜ਼ੈਨਬ ਦੀ ਸੁਨਤ ਏ ਪੁੱਛੋ ਨਾ ਕਲਬ ਬਾਸਲ ਵੀ ਕਿਵੇਂ ਅੱਲਾ ਗਵਾਏ ਜਿਤਨੇ ਜ਼ਖਮ ਸ਼ਬੀਰ ਦੇ ਬਦਮ ਤੇ ਆ ਉਤਨੇ ਜ਼ਖਮ ਲਾਹੌਰ ਵਾਲੇ ਉਹ ਬੀਬੀ ਜ਼ੈਨਬ ਦੇ ਸਿਰ ਤੇ ਆ ਜਿਹਨੂੰ ਸ਼ਾਮੀ ਨੇਜ਼ੇ ਮਰੇਂਦੇ ਲਮਾਨ ਲਮਾਨ ਸਰਦਾ ਮਾਤਮ ਬੀਬੀ ਦੀ ਹਜ਼ਰਤ ਯਾਰ ਸਰਦਾ ਮਾਤਮ ਸ਼ਰਮਾਵਣਾ ਨਹੀਂ ਸਰਦਾ ਮਾਤਮ ਕਰਦੇ ਆਵੋ ਫਿਰਾ ਦੀ ਲਾਸ਼ ਵੈਨ ਕਰਦੀ ਪਈ ਆਈ ਦੁਆ ਮੰਗੋ ਮਾਨ ਨਾ ਮੁਕੇ ਅਲਹਰਾ ਲਿਆ ਮੈਂ ਤੇਰੇ ਸਾਹਮਣੇ ਹੱਥ ਬੱਧੀ ਖਲੋਤਾ ਇਤਨੀ ਹਾਏ ਕਰੀ ਨਾਲ ਲੱਲਾ ਫੰਦਾ ਗਵਾਹ ਬਣ ਜਾਵੇ ਸ਼ਾਹਜੀ ਜ਼ਾਕਰ ਬੰਦੇ ਪੜਦੇ ਨੇ ਜ਼ਾਕਰ ਸਖਤ ਪੜਦੇ ਨੇ ਮੇਰੇ ਤੋਂ ਬਾਅਦ ਆਲਮੇ ਦੀਨੇ ਪੁੱਛ ਲਿਓ ਰਵਾਇਤ ਨਾ ਹੋਵੇ ਤੇ ਮੇਰਾ ਕਤਲ ਮਾਫੇ ਅਜਾ ਪਿਰਾ ਦੀ ਲਾਸ਼ ਪਹਿਲਾ ਵੈਨ ਨਾ ਕੀਤਾ ਸ਼ਿਮਰ ਉਹ ਤਾਜ਼ੀਆਂ ਨਾ ਚਾਇਆ ਜਿਹਦੇ ਨਾਲ ਲੋਹੇ ਦੀਆਂ ਤਾਰਾਂ ਇੰਨਾ ਬਰਦਾਸ਼ਤ ਨਹੀਂ ਕਰਨਾ ਸ਼ਾਹ ਜੀ ਇੰਨਾ ਬਰਦਾਸ਼ਤ ਨਹੀਂ ਕਰਨਾ ਜਿਹੜੀ ਮੈਂ ਰਵਾਇਤ ਪੜ੍ਹਨੀ ਹੈ ਅਲਮਾਨ 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 ਪੜਾ ਰਵਾਇਤ ਬਾਬਾ ਜੀ ਇਜਾਜ਼ਤ ਏ ਪੜਾ ਰਵਾਇਤ ਉਹ ਤਾਜ਼ੀਆਂ ਨਾ ਚਾਇਆ ਜਿਹਦੇ ਨਾਲ ਲੋਹੇ ਦੀਆਂ ਤਾਰਾਂ ਮੇਰੀਆਂ ਮਾਵਾਂ ਭੈਣਾਂ ਬੀਬੀ ਨੂੰ ਖਾਲੀ ਨਾ ਬੁਲਾਇਓ ਜਿਤਨਾ ਪੁਰਸਾ ਦੇ ਸਕੋ ਦੇ ਲਿਓ ਮਿੰਬਰ ਦੀ ਕਸਮ ਏ ਜਿਤਨੇ ਮਖਾਨੀ ਆਏ ਬੈਠੇ ਹੋ ਬਾਨੀ ਮਜਲਿਸ ਸਾਹਿਬ ਇਜਾਜ਼ਤ ਮੈਂ ਇੱਕ ਰਵਾਇਤ ਪੜਾ ਹਰ ਦਿਨ ਜ਼ਾਕਰ ਸਖਤ ਪੜਦੇ ਮੌਲਾ ਦੀ ਕਸਮ ਇਹਨਾਂ ਦੇ ਡਰ ਤੋਂ ਨਹੀਂ ਫੜੀਦਾ ਅੱਜ ਮਰਦਿਓ ਤੇ ਮਰ ਜਾਓ ਸ਼ਿਮਰ ਤਾਰੀਆਂ ਨਾ ਚਾਇਆ ਉੱਥੇ ਆਇਆ ਜਿੱਥੇ ਅਰੀਦ ਦੀ ਆਈ ਉਹ ਲਾਹੌਰ ਵਾਲਿਆ ਇਸ ਪਹਿਲਾਂ ਤਾਰੀਆਂ ਨਾ ਬੀਬੀ ਜ਼ੈਨਬ ਦੀ ਕੰਡ ਤੇ ਮਾਰਿਆ ਉਸ ਵੇਲੇ ਜੰਨਾ ਚ ਹੂਰਾਂ ਦੇ ਵਾਲ ਖੁੱਲ ਗਏ ਰਾਜੀ ਦੀ ਕਬਰ ਤੇ ਆਈਏ ਉੱਚਾ ਰੋ ਕੇ ਆਦੀ ਆ ਨੀਂਦ ਡਰ ਗਿਆ ਅਸੀਂ ਉਚੜ ਗਿਆ ਇੱਥੇ ਆਣ ਕੇ ਡੇਰੇ
ਅਕਬਰ ਮੈਂ ਸਦਕੇ ਜਾਵਾਂ ਮੈਂ ਬਿਸਮਿਲਲਾ ਕਰਾਂ ਅੱਲਾਹ ਅਕਬਰ ਇਨਾ ਬਰਦਾਸ਼ਤ ਨਹੀਂ ਕਰਨਾ ਕਰਾਂ ਇੱਕ ਵੈਨ ਫਿਰ ਜਿਤਨੇ ਹਲਕੇ ਮੈਂ ਬਿਸਮਿਲਲਾ ਕਰਾਂ ਲੱਖ ਵਾਰੀ ਪੜਾਂ ਰੋਮਨ ਅੱਲਾ ਮੇਡਾ ਅੱਲਾ ਗਵਾਏ ਉੱਥੇ ਆਈਏ ਜਿੱਥੇ ਗਾਜ਼ੀ ਦੀ ਲਾਸ਼ ਆਈ ਉੱਚਾ ਰੋ ਕੇ ਅਧਿਆ ਨੀ ਡਰ ਗਿਆ ਅਸੀਂ ਉੱਜੜ ਗਿਆ ਇੱਥੇ ਆਣ ਕੇ ਡੇਰੇ ਸ਼ਿਮਾ ਬੀਬੀ ਜਾਨ ਪਈਏ ਰੋ ਕੇ ਆਦੀ ਜੰਜ ਚ